ਆਪਣੀ ਨਿਆਜ਼ੀ ਹੁਣ ਜਨਾਬ ਦੇ ਸਾਹਮਣੇ ਜ਼ਾਕਿਰ ਅਲ ਬੈਤ ਮਲਿਕ ਮੁਮਤਾਜ਼ ਸੰਜੋਇਆ, ਉਹਨਾਂ ਦੇ ਬਾਅਦ ਮਾਰਫਤ ਅਬਾਸ ਨਜਮ, ਉਹਨਾਂ ਦੇ ਬਾਅਦ ਬਜ਼ੁਰਗਾਂ ਦੀ ਯਾਦ ਆਉਣ ਅਬਾਸ ਲੰਘਾ, ਆਖਿਰ ਤੇ ਮੁਲਕ ਦੀ ਨਾਮਵਰ ਹਸਤੀ ਸ਼ੇਰ ਜ਼ਾਕਿਰ ਕਾਜ਼ੀ ਵਸੀਮ ਅਬਾਸ ਖਾਨੇਵਾਲ ਉਹ ਖਿਤਾਬ ਫਰਮੈਸਨ ਬਵਾਜ਼ ਬਲੰਤਰ ਸਲਵਾਤ। ਅੱਲਾਹ ਦੇ ਜੰਨਤ ਦੇ ਸਾਹਮਣੇ ਹੈ ਦਰ ਸਰਦਾਰ, ਥੋੜੇ ਜਿਹੇ ਸੁਜਾਗ ਥਿਓ ਨਾ, ਥੋੜੇ ਜਿਹੇ ਮਿਹਰਬਾਨੀ, ਸਾਰੇ 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 ਬੋਲੋ ਹੈ ਦਰੀ। ਅੱਲਾਹ ਦੇ ਜੰਨਤ ਦੇ ਸਾਹਮਣੇ ਹੈ ਦਰ ਸਰਦਾਰ, ਅੱਲਾਹ ਦੇ ਜੰਨਤ ਦੇ ਸਾਹਮਣੇ ਹੈ ਦਰ ਸਰਦਾਰ, ਤੁਸੀਂ ਥੱਕੇ ਡਾਢੇ ਬੈਠੇ ਹੋ, ਤੁਹਾਡਾ ਬੜਾ ਅਹਿਸਾਸ, ਅੱਲਾਹ ਖੁਸ਼ ਰੱਖੇ। ਅੱਲਾਹ ਦੇ ਜੰਨਤ ਦੇ ਸਾਹਮਣੇ ਹੈ ਅੱਛਾ ਸਰਦਾਰ, ਜਿਹੜਾ ਦੁਸ਼ਮਣ ਪੀਰ ਅਲੀ ਦਾ ਲਾਨਤ ਦਾ ਹੱਕਦਾਰ। ਕਿਆ ਬਾਤ ਹੈ ਬਈ, ਸਾਰੇ ਬੋਲੋ ਨਾ। ਸਯਾਦਾ ਦੇ ਜਿਹੜੀ ਸਾਗ ਲਗੀ ਮੇਰੇ ਅਕਬਰ ਕੋ, ਬਸ ਮੈਂ ਬਿਸਮਿਲਾ ਕਰਾਂ, ਹੋਣੀਗੀ ਇਬਾਦਤ, ਮੈਂ ਬਿਸਮਿਲਾ ਨੌਕਰ ਹਾਂ। ਸਯਾਦਾ ਦੇ ਜਿਹੜੀ ਸਾਗ ਲਗੀ ਮੇਰੇ ਅਕਬਰ ਕੋ, ਆਪਣੇ ਕਾਤਲ ਕੋ ਹੁਸੈਨ ਦੇ, ਸਯਾਦਾ ਦੇ ਜਿਹੜੀ ਸਾਗ ਲਗੀ ਮੇਰੇ ਅਕਬਰ ਕੋ, ਹਾਂ ਵੋ ਪੁੱਤਾ ਸਦਕੇ ਜੀ, ਕਿਆ ਜੀ ਬਈ। ਸਯਾਦਾ ਦੇ ਜਿਹੜੀ ਸਾਗ ਲਗੀ ਮੇਰੇ ਅਕਬਰ ਕੋ, ਵੋ ਕਰ ਲਖਮ ਬਸਦੇ ਰਹੋ ਅੱਛਾ, ਰੋਂਦੇ ਕਿਉਂ ਹੈ, ਰੋਵੇ ਨਹੀਂ ਕਿਹੜੀ ਗੱਲ ਹੈ। ਸਯਾਦਾ ਦਾ ਤੈਕੂ ਕਹੇ ਆਖੀਆ ਹੁਸੈਨ ਜ਼ਿੰਦਾ, ਅੱਛਾ